ਹਲਕਾ ਸ਼੍ਰੀ ਚਮਕੌਰ ਸਾਹਿਬ ਵਿੱਚ ਪੈਂਦੇ ਮੋਰਿੰਡਾ ਤੋਂ 2 ਕਿਲੋਮੀਟਰ ਦੂਰੀ ਤੇ ਪਿੰਡ ਕਾਂਜਲਾ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਪਿੰਡ ਦੇ ਟੋਭੇ ਦੀ ਸਫਾਈ ਨਾ ਹੋਣ ਕਾਰਨ ਅਤੇ ਸਰਕਾਰੀ ਟੂਟੀਆਂ ਦਾ ਪਾਣੀ ਲਗਾਤਾਰ ਆਉਣ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਫਿਰ ਰਿਹਾ ਹੈ। ਟੋਭੇ ਦਾ ਗੰਦਾ ਪਾਣੀ ਜ਼ਿਆਦਾ ਹੋਣ ਤੋਂ ਬਾਅਦ ਜਾਂ ਤਾਂ ਗੰਦਾ ਪਾਣੀ ਗਲੀਆਂ ਵਿੱਚ ਖੜਾ ਰਹਿੰਦਾ ਹੈ ਜਾਂ ਮੋਰਿੰਡਾ ਸ਼੍ਰੀ ਚਮਕੌਰ ਸਾਹਿਬ ਸੜਕ ਦੇ ਕਿਨਾਰੇ ਲੋਕਾਂ ਦੇ ਖੇਤਾਂ ਵਿੱਚ ਜਾ ਰਿਹਾ ਹੈ। ਭਾਵੇਂ ਸਰਕਾਰ ਵੱਲੋਂ ਹਰ ਪਿੰਡ ਦੀਆਂ ਸ਼ਮਸ਼ਾਨ ਘਾਟਾਂ ਦੀਆਂ ਸੜਕਾਂ ਪੱਕੀਆਂ ਕਰਵਾਉਣ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ, ਪਰ ਪਿੰਡ ਕਾਂਜਲਾ ਦੀ ਸ਼ਮਸ਼ਾਨ ਘਾਟ ਨੂੰ ਜਾ ਰਹੇ ਰਸਤੇ ਵਿੱਚ ਕਈ ਵਾਰ ਗੰਦਾ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਵਿੱਚ ਲੰਘਣਾ ਪੈਂਦਾ ਹੈ। ਇਸ ਸੰਬੰਧੀ ਜਦੋਂ ਨਵੇਂ ਬਣੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਦੇ ਟੋਭੇ ਲਈ ਭਾਵੇਂ ਸਰਕਾਰ ਨੇ 2 ਲੱਖ ਰੁਪਏ ਦੀ ਗ੍ਰਾਂਟ ਵਿੱਚੋਂ 1 ਲੱਖ ਦੇ ਦਿੱਤੀ ਹੈ, ਪਰ ਪਿੰਡ ਦੇ ਕਈ ਲੋਕਾਂ ਵੱਲੋਂ ਟੋਭੇ ਤੇ ਕਬਜ਼ੇ ਕੀਤੇ ਹੋਏ ਨੇ, ਜਿਸ ਕਾਰਨ ਸਫਾਈ ਦੀ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਨਵੀਂ ਪੰਚਾਇਤ ਵੱਲੋਂ ਉੱਚ ਅਧਿਕਾਰੀਆਂ ਨੂੰ ਮਿਲ ਕੇ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਗਾ। ਯਾਰ ਵੀਰਾ ਜੀ, ਇਹ ਸਾਡਾ ਘਰ ਆ ਜੀ, ਤੁਸੀਂ ਦੇਖ ਸਕਦੇ ਹੋ ਉਰੇ ਕਿੰਨਾ ਟੋਭਾ ਹੀ ਟੋਭਾ ਜੀ। ਜਿਸ ਤਰ੍ਹਾਂ ਮੈਂ ਸਵੇਰੇ ਮਾਰਨਿੰਗ ਤੋਂ ਸਕੂਲ ਜਾਂਦਾ ਜੀ, ਉਰੇ ਜਿਸ ਤਰ੍ਹਾਂ ਮੈਂ ਸਵੇਰੇ ਜੀ ਉਰੇ ਮਾਰਨਿੰਗ ਤੋਂ ਸਕੂਲ ਜਾਂਦਾ, ਉਰੇ ਗੰਦਾ ਹੀ ਗੰਦਾ ਹੋਇਆ ਹੁੰਦਾ। ਔਰ ਉਰੇ ਜਿਸ ਮੈਂ ਲੰਘਣ ਲੱਗੇ ਮੇਰੇ ਸ਼ੂਜ਼ ਅਤੇ ਮੇਰੀ ਸਾਰੀ ਵਰਦੀ ਖਰਾਬ ਹੋ ਜਾਂਦੀ ਹੈ, ਉਰੇ ਬਹੁਤ ਮੁਸ਼ਕਿਲ ਵੀ ਆਉਂਦਾ, ਮੱਛਰ ਵੀ ਜੀ ਬਹੁਤ ਆ। ਆ ਤੁਸੀਂ ਦੇਖ ਸਕਦੇ ਹੋ ਅਸੀਂ ਪਿਛਲੇ 15 ਸਾਲਾਂ ਤੋਂ ਅਸੀਂ ਇੱਥੇ ਰਹਿੰਦੇ ਹਾਂ, ਅਤੇ ਇਹ ਜਿਹੜਾ ਮੇਨ ਰਸਤਾ ਹੈ ਸੜਕ ਤੋਂ ਮੇਨ ਜਿਹੜੀ ਚਮਕੌਰ ਸਾਹਿਬ ਨੂੰ ਜਾਂਦੀ ਹੈ ਮੋਰਿੰਡੇ ਤੋਂ, ਇਹ ਸੜਕ ਤੋਂ ਮੇਨ ਜਿਹੜਾ ਰਸਤਾ ਇਹ ਸ਼ਮਸ਼ਾਨ ਘਾਟ ਨੂੰ ਹੈ। ਇਹ ਅਸੀਂ ਪਿਛਲੇ 15 ਸਾਲਾਂ ਤੋਂ 3 ਪੰਚਾਇਤਾਂ ਬਦਲ ਚੁੱਕੀਆਂ, ਜਿਨ੍ਹਾਂ ਨੂੰ ਅਸੀਂ ਆਪਣੀ ਕੋਸ਼ਿਸ਼ ਕਰ ਲਈ ਔਰ ਇਹਨਾਂ ਨੇ ਮਤਾ ਵੀ ਪਾਇਆ, ਲੇਕਿਨ ਸਾਡੀ ਇਹ ਸੜਕ 4 ਗੱਠੇ ਦਾ ਰਸਤਾ ਇਹ ਪੱਕਾ ਨਹੀਂ ਹੋਇਆ। ਸਾਡੇ ਘਰ ਤਾਂ ਅਜੇ ਬਾਅਦ ਵਿੱਚ ਬਣੇ ਆ, ਇਸ ਤੋਂ ਪਹਿਲਾਂ ਤਾਂ ਸ਼ਮਸ਼ਾਨ ਘਾਟ ਹੈ ਜਿਹੜੀ ਇੱਥੇ ਪਹਿਲਾਂ ਤੋਂ ਮੌਜੂਦ ਹੈ। ਅਸੀਂ ਆਪ ਇੱਥੇ ਆਪਣੇ ਪਿੰਡ ਦੇ ਲੋਕ ਪਾਣੀ ਦੇ ਵਿੱਚੋਂ ਨੂੰ ਸ਼ਮਸ਼ਾਨ ਘਾਟ ਨੂੰ ਮੁਰਦੇ ਨੂੰ ਲੈ ਕੇ ਜਾਂਦੇ ਦੇਖੇ ਹਾਂ, ਬੜੇ ਮੰਦੇ ਹਾਲ, ਕਈ ਵਾਰੀ ਸਲਿੱਪ ਹੁੰਦੇ ਗਿਰਦੇ ਗਿਰਦੇ ਵੀ ਬਚੇ ਹੈ। ਔਰ ਇਹ ਜਿਹੜੀ ਸਾਡੇ ਨਾਲ ਸਾਡੇ ਮੂਹਰੇ ਪਾਣੀ ਖੜ੍ਹਾ, ਇਹ ਇੱਕ ਕਲਾਰਾਂ ਦੇ ਕਿਸੇ ਦਾ ਪ੍ਰਾਈਵੇਟ ਆਪਣਾ ਖਾਸ 4 ਵਿਘੇ ਥਾਂ ਹੈ, ਔਰ ਉਹ ਪਰਿਵਾਰ ਇੰਨਾ ਰਹੀ ਹੈ ਬਾਹਰ ਰਹਿੰਦਾ, ਉਹ ਇਸ ਚੀਜ਼ ਦੀ ਕੋਈ ਆ ਕੇ ਦੇਖ ਰੇਖ ਕਰ ਨਹੀਂ ਸਕਦਾ। ਪਹਿਲਾਂ ਇਹਦੇ ਵਿੱਚ ਫਸਲ ਵੀ ਹੁੰਦੀ ਸੀ, ਔਰ ਹੁਣ ਇਹਦੇ 'ਚ ਪਾਣੀ ਖੰਡ ਕਰਕੇ ਸਭ ਕੁਝ ਬਰਬਾਦ ਹੋ ਗਿਆ। ਔਰ ਦੂਜਾ ਇਹ ਤਕੋਣ ਹੈ ਜਿਹੜੀ ਇਹ ਕਾਂਜਲੇ ਰਹੀ ਹੈ, ਇਹਨਾਂ ਇਹ ਕਲਕੱਤੇ ਦੇ ਵਿੱਚ ਰਹਿੰਦੇ ਆ, ਇਹਨਾਂ ਨੇ ਆ ਕੇ ਆਪ ਇੱਕ ਟਰੱਕ ਮਿੱਟੀ ਦਾ ਸਟਾ ਕੇ ਅੱਗੇ ਤਾਂ ਬੰਦ ਵੀ ਕਰਿਆ ਤਾ, ਲੇਕਿਨ ਪਿੰਡ ਦੇ ਕੁਛ ਬੰਦਿਆਂ ਨੇ ਹੋਰ ਨੇ ਆ ਕੇ ਪਿੱਛੇ ਪਾਣੀ ਭਰਨ ਕਰਕੇ ਉਹਨਾਂ ਨੇ ਇਹਨੂੰ ਵੀ ਪਾਣੀ ਉਹਦਾ ਨੱਕਾ ਤੋੜ ਕੇ ਪਾਣੀ ਅੱਗੇ ਨੂੰ ਖੋਲ੍ਹਤਾ। ਸਾਡੀ ਹਾਲਤ ਇਹ ਹੈ ਕਿ ਅਸੀਂ ਆਪਣੀਆਂ ਗੱਡੀਆਂ ਕਾਰਾਂ ਹੋਰ ਪਾਸੇ ਖੜ੍ਹਾ ਕੇ ਕੰਧਾਂ ਟੱਪ ਕੇ ਆਉਂਦੇ ਹਾਂ ਇੱਥੇ, ਉਹ ਵੀ ਪੈਲਸ ਦੇ ਵਿੱਚੋਂ ਦੀ ਜਦ ਮੀਂਹ ਪਿਆ ਵਾ ਹੁੰਦਾ। ਔਰ ਐਸੀ ਹਾਲਤ ਹੈ, ਮੱਛਰ ਪੁੱਛਣ ਦੀ ਗੱਲ ਨਹੀਂ ਹੈ ਕਿ ਇੰਨਾ ਤਕੜਾ ਮੱਛਰ, ਰੋਜ਼ ਰਾਤ ਨੂੰ ਸਾਨੂੰ ਇਹਦੀ ਪਰੇਸ਼ਾਨੀ ਹੁੰਦੀ ਹੈ, ਇਹਦੀ ਬਿਮਾਰੀ ਠਮਾਰੀ ਸਮੈਲ ਆਉਂਦੀ ਹੈ, ਨਿਆਣੇ ਬਿਮਾਰ ਹੁੰਦੇ ਹੈ। ਇਹ ਸਾਡੀ ਮਤਲਬ ਕਈ ਵਾਰੀ ਅਸੀਂ ਇਹਦੀ ਕੋਸ਼ਿਸ਼ ਕਰ ਲਈ, ਹੁਣ ਅਸੀਂ ਇਹ ਪਹੁੰਚ ਕਰਦੇ ਹਾਂ ਕਿ ਦੇਖੋ ਸਾਡੀ ਇਹ ਸੁਣਵਾਈ ਕਰੀ ਜਾਵੇ, ਇਹ ਸ਼ਮਸ਼ਾਨ ਘਾਟ ਨੂੰ ਰਸਤਾ ਬਣ ਜੂਗਾ ਤਾਂ ਸਾਡੇ ਪਿੰਡ ਸਾਡੇ ਆਪਣੇ ਆਪ ਸਾਡੇ ਘਰਾਂ ਨੂੰ ਵੀ ਰਸਤਾ ਲੱਗ ਜਾਣਾ। 4 ਘਰ ਪੈਂਦੇ ਸਾਨੂੰ ਹੁਣ ਇੱਥੇ, ਔਰ ਸਾਰੇ ਘਰਾਂ ਦੀ ਬੜੀ ਸਮੱਸਿਆ। ਅਸੀਂ ਇਸ ਰਸਤੇ ਦੇ ਵਿੱਚ ਆਪਣੇ ਕੋਲੋਂ ਰਲ ਕੇ 4 ਘਰਾਂ ਨੇ ਮਿੱਟੀ ਪੁਆਈ, ਇਹ ਮਲਬਾ ਪੁਆਇਆ ਤਾਂ ਮਾੜਾ ਮੋਟਾ ਥੋੜ੍ਹਾ ਉੱਚਾ ਹੋਇਆ, ਨਹੀਂ ਇਸ ਦੇ ਵਿੱਚ ਵੀ ਟੋਭੇ ਦੀ ਤਰ੍ਹਾਂ ਪਾਣੀ ਖੜ੍ਹਾ ਹੁੰਦਾ ਤਾ। ਪਿੰਡ ਦੇ ਵਿੱਚ ਟੋਭਾ ਹੈਗਾ ਜੀ, ਉਹ ਟੋਭਾ ਦੀ ਪਟਾਈ ਨਹੀਂ ਹੋਈ, 1-2 ਵਾਰੀ ਪਹਿਲਾਂ ਕਿਤੇ ਪਟਾਈ ਸ਼ੁਰੂ ਹੋਈ ਤੀ, ਲੇਕਿਨ ਉਹ ਜਿਹੜਾ ਪਾਣੀ ਹੈਗਾ ਟੈਂਕੀ ਦਾ ਜਿਹੜਾ ਸਰਕਾਰੀ ਪਾਣੀ ਚੱਲਦਾ, ਉਹ ਲਗਾਤਾਰ ਪਾਣੀ ਚੱਲਦਾ ਰਹਿੰਦਾ, ਜਿੰਨਾ ਚਿਰ ਬਿਜਲੀ ਰਹਿੰਦੀ ਹੈ ਉਹ ਛੱਡਿਆ ਰਹਿੰਦਾ। ਉਹ ਟੂਟੀਆਂ ਦਾ ਪਾਣੀ ਖਾਸ ਕਰਕੇ ਜਿਹੜਾ ਅੱਗੇ ਪਹਿਲਾਂ ਕਦੇ ਪ੍ਰੋਬਲਮ ਨਹੀਂ ਤੀ ਹੁੰਦੀ, ਪਿਛਲੇ 3 ਸਾਲਾਂ ਤੋਂ ਤਾਂ ਇਹ ਪਾਣੀ ਸੁੱਕਿਆ ਹੀ ਨਹੀਂ, ਭਾਵੇਂ ਕਿੰਨੀ ਵੀ ਗਰਮੀ ਪਈ ਹੈ ਅਤੇ ਪਾਣੀ ਇੰਨੇ ਦਾ ਇੰਨਾ ਹੀ ਖੜ੍ਹਾ ਰਿਹਾ। ਔਰ ਇਹ ਹਾਲਤ ਹੁਣ ਦਿਨ ਪਰ ਦਿਨ ਵੱਧਦੀ ਜਾਂਦੀ ਹੈ, ਲੋਕ ਇਸ ਤੋਂ ਪਰੇਸ਼ਾਨ ਹੈ। ਆਹ ਮੇਰੇ ਨਾਲ ਖੜ੍ਹੇ ਹੈ ਗੁਰਸੇਵਕ ਸਿੰਘ, ਇਹਨਾਂ ਦਾ ਘਰ ਮੇਰੇ ਨਾਲ ਹੈ, ਇਹਨਾਂ ਦੇ ਘਰ ਦੇ ਅੰਦਰ ਨੂੰ ਗੰਦਾ ਪਾਣੀ ਲੰਘਦਾ ਰਿਹਾ, ਬਹੁਤ ਗੰਦਾ ਪਾਣੀ। ਇਹ ਵਿਚਾਰਾ ਇਕੱਲਾ ਬੰਦਾ, ਇਹ ਆਪ ਇਹਨੇ ਆਪ ਫਿਰ ਦੁਬਾਰਾ ਮਿੱਟੀ ਦੀ ਹੁਣ ਇੱਕ ਟਰੱਕ ਸਟਾਇਆ, ਇਹ ਹਾਲਤ ਹੈ। ਦੇਖੋ ਜਿਹੜੇ ਰਿਸ਼ਤੇਦਾਰ ਆਉਂਦੇ ਆ, ਉਹ ਰਿਸ਼ਤੇਦਾਰ ਵੀ ਇੱਥੇ ਆ ਕੇ ਇਹੀ ਗੱਲ ਕਰਦੇ ਆ ਕਿ ਤੁਹਾਡੇ ਅੱਗੇ ਬੜੀ ਨਰਕ ਦਾ ਨਰਕ ਵਾਲੀ ਜ਼ਿੰਦਗੀ ਆ, ਇਹਦਾ ਜ਼ਰੂਰ ਕੋਈ ਨਾ ਕੋਈ ਮਸਲੇ ਦਾ ਹੱਲ ਹੋਣਾ ਚਾਹੀਦਾ। ਟੋਭੇ ਦੀ ਸਮੱਸਿਆ ਜੀ, 2 ਲੱਖ ਰੁਪਇਆ ਮਿਲ ਗਿਆ, 1 ਲੱਖ ਰੁਪਏ ਦੀ ਕਿਸ਼ਤ ਮਿਲ ਗਈ ਹੈ ਜੀ, ਰੋਹੀ 'ਚ ਪਾਣੀ ਸਾਫ਼ ਕਰਕੇ ਟੋਭਾ ਸਮੱਸਿਆ ਹੱਲ ਕਰਨੀ ਹੈ। ਟੋਭੇ ਦੀ ਸਫਾਈ ਵਾਸਤੇ ਤਾਂ ਚਾਹੀਦੇ ਜੀ, ਵੱਧ ਚਾਹੀਦੇ ਆ। ਮੋਰਿੰਡਾ ਤੋਂ ਪੰਜਾਬੀ ਸਰਗਰਮੀਆਂ ਲਈ ਮਨਜੀਤ ਸਿੰਘ ਸੋਹੀ ਦੀ ਰਿਪੋਰਟ।